ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਜੂਨ 1984 ਦਾ ਇਤਿਹਾਸ ਕੱਲ ਤੁਹਾਨੂੰ 1 ਜੂਨ ਬਾਰੇ ਦੱਸਿਆ ਅੱਜ 2 ਜੂਨ ਦੇ ਇਤਿਹਾਸ ਬਾਰੇ ਦੱਸਦੇ ਹਾਂ ਰਾਤ ਬਤੀਤ ਹੋਈ ਤਾਂ ਅਗਲਾ ਦਿਨ ਚੜ੍ਹਿਆ ਅਮਰਤ ਵੇਲਾ ਹੋਇਆ ਸ੍ਰੀ ਹਰਮੰਦਰ ਸਾਹਿਬ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਕੀਰਤਨ ਹੋਇਆ ਸੰਗਤਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ ਸੰਗਤਾਂ ਮੱਥਾ ਟੇਕਣ ਆ ਰਹੀਆਂ ਸਨ ਲੋਕ ਵੇਖ ਕੇ ਹੈਰਾਨ ਸਨ ਕਿ ਕੱਲ ਇੰਨੀ ਗੋਲਾਬਾਰੀ ਹੋਈ ਤਾਂ ਇਹਨਾਂ ਦੇ ਅੰਦਰ ਡਰ ਭੈ ਪੂਰਾ ਵੀ ਨਹੀਂ ਹੈ ਇਹ ਅੱਜ ਫੇਰ ਮੱਥਾ ਟੇਕਣ ਆ ਰਹੇ ਹਨ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਾ ਕਿ ਕੱਲ ਹਰਿਮੰਦਰ ਸਾਹਿਬ ਤੇ ਗੋਲਾਬਾਰੀ ਹੋਈ ਹੈ ਤੇ ਗਦਾਰਾਂ ਨੇ ਹਮਲਾ ਕੀਤਾ ਹੈ ਤਾਂ ਮਨ ਦੇ ਵਿੱਚ ਗੁੱਸਾ ਲੈ ਕੇ ਸੰਗਤਾਂ ਦਾ ਇਕੱਠ ਆਉਣਾ ਸ਼ੁਰੂ ਹੋ ਗਿਆ ਜਦੋਂ ਸੰਗਤਾਂ ਉੱਥੇ ਪਹੁੰਚੀਆਂ ਤਾਂ ਉਹਨਾਂ ਵੇਖਿਆ ਕਿ ਪ੍ਰਕਰਮਾਂ ਦੇ ਵਿੱਚ ਕੰਧਾਂ ਉੱਤੇ ਗੋਲੀਆਂ ਲੱਗੀਆਂ ਹੋਈਆਂ ਸਨ। ਦਰਵਾਜ਼ਿਆਂ ਤੇ ਵੀ ਗੋਲੀਆਂ ਲੱਗੀਆਂ ਸਨ। ਹਰਮੰਦਰ ਸਾਹਿਬ ਦੇ ਸੁਨਹਿਰੀ ਗੁਮਟੂਤੇ ਵੀ ਗੋਲੀਆਂ ਦੇ ਨਿਸ਼ਾਨ ਸਨ ਜੋ ਕਿ 32 ਤੋਂ ਵੱਧ ਗਿਣਤੀ ਗੋਲੀਆਂ ਦੇ ਨਿਸ਼ਾਨਾ ਦੀ ਸੀ। ਇਹ ਸਭ ਕੁਝ ਵੇਖ ਕੇ ਸੰਗਤਾਂ ਦਾ ਮਨ ਬਹੁਤ ਹੀ ਰੋਸ ਨਾਲ ਭਰ ਗਿਆ। ਤੇ ਉਹਨਾਂ ਦੀ ਧਾ ਨਿਕਲ ਗਈ ਜਿਸ ਅਸਥਾਨ ਤੋਂ ਸਰਬਸਾਂਝੀ ਵਾਲਤਾ ਦਾ ਉਪਦੇਸ਼ ਮਿਲਦਾ ਹੋਵੇ ਉਥੇ ਖੂਨ ਡੁੱਲਿਆ ਹੋਇਆ ਸੀ ਸਾਰੇ ਪਾਸੇ ਖੂਨ ਹੀ ਖੂਨ ਜਿੱਧਰ ਵੀ ਸੰਗਤ ਜਾਂਦੀ ਸਾਰੇ ਪਾਸੇ ਹੀ ਖੂਨ ਡੁੱਲਿਆ ਹੋਇਆ ਸੀ ਸੰਗਤਾ ਨੇ ਪ੍ਰਕਰਮਾਂ ਤੇ ਦਰਸ਼ਨੀ ਦਿਉੜੀ ਤੋਂ ਖੂਨ ਸਾਫ਼ ਕੀਤਾ ਤੇ ਦਰਬਾਰ ਸਾਹਿਬ ਵੀ ਜਲ ਨਾਲ ਸਾਫ ਕੀਤਾ ਦੂਜੇ ਪਾਸੇ ਫੌਜ ਨੇ ਪਿੰਡਾਂ ਵਿੱਚ ਜਾ ਕੇ ਹੋਰ ਸਖਤ ਪਹਿਰੇ ਕਰ ਦਿੱਤੇ ਸੰਗਤਾਂ ਨੂੰ ਹਰ ਮੰਦਰ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਸੀ ਪੰਜਾਬ ਨੂੰ ਪੂਰੇ ਹਿੰਦੁਸਤਾਨ ਤੋਂ ਅਲੱਗ ਕਰਕੇ ਸਾਰੀਆਂ ਸਹੂਲਤਾਂ ਰੇਲ ਹਵਾਈ ਛੜਕੀ ਆਵਾਜਾਈ ਡਾਕ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਪਿੰਡਾਂ ਵਿੱਚ ਫੌਜ ਦੀਆਂ ਗੱਡੀਆਂ ਟੈਂਕ ਵਾਲੇ ਦਿਵਾਲੇ ਚੱਕਰ ਕੱਢ ਰਹੀਆਂ ਸਨ ਜੋ ਲੋਕਾਂ ਵਿੱਚ ਇਹ ਵਿਖਾ ਕੇ ਦਹਿਸ਼ਤ ਦਾ ਮੌਲ ਪੈਦਾ ਕਰਨਾ ਚਾਹੁੰਦੇ ਸਨ ਹਰਮੰਦਰ ਸਾਹਿਬ ਸੰਤ ਜਰਨੈਲ ਸਿੰਘ ਜੀ ਸੰਗਤਾਂ ਦੇ ਨਾਲ ਗੁਰਬਾਣੀ ਦਾ ਨਾਮ ਜਪ ਕਰ ਰਹੇ ਸਨ ਉੱਥੇ ਕੁਝ ਪੱਤਰਕਾਰ ਵੀ ਆਏ ਜੋ ਅੱਜ ਦੇ ਦਿਨ 2 ਜੂਨ ਨੂੰ ਉਹਨਾਂ ਨੇ ਸੰਤ ਜੀ ਨੂੰ ਪੁੱਛਿਆ ਤੁਸੀਂ ਜੋ ਗੋਲਾਬਾਰੀ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੰਤ ਜੀ ਨੇ ਕਿਹਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਮੇਂ ਦੀ ਸਰਕਾਰ ਤੇ ਇੰਦਰਾ ਗਾਂਧੀ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ ਇਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ ਉਹਨਾਂ ਦੀ ਇਹ ਆਸ ਕਦੇ ਪੂਰੀ ਨਹੀਂ ਹੋਵੇਗੀ ਜਿਹੜਾ ਇਹਨਾਂ ਨੇ ਪਾਪ ਕਮਾਇਆ ਹੈ ਹਰਮੰਦਰ ਸਾਹਿਬ ਤੇ ਗੋਲੀਆਂ ਚ ਚਲਾ ਕੇ ਇਹਨਾਂ ਨੇ ਪਿਛਲੇ ਅੰਗਰੇਜ਼ਾਂ ਤੇ ਰਾਜ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਹੈ ਇਹ ਇੰਦਰਾਪਪਨ ਨੇ ਇਸ ਤੋਂ ਵੱਡਾ ਪਾਪ ਧਿਓਰ ਗੁਲਾਮੀ ਕੀ ਕਰ ਸਕਦੀ ਹੈ ਨੌਜਵਾਨਾਂ ਨੂੰ ਸਭ ਨੂੰ ਸਿੰਘਾਂ ਨੂੰ ਕਹਿਣਾ ਚਾਹੁੰਨਾ ਹਾਂ ਕਿ ਇਹਦਾ ਮੂੰਹ ਤੋੜ ਜਵਾਬ ਦੇਵੋ ਕੱਲੇ ਕਮਰ ਕੱਸੇ ਹੀ ਨਾ ਕਰੋ ਕਮਰ ਕੱਸੇ ਕੱਸ ਕੇ ਤੁਰੋ ਵੀ ਉਧਰੋਂ ਦੂਜੇ ਪਾਸੇ ਇੰਦਰਾ ਪਾਪਨ ਚੈਨਲ ਤੇ ਬਿਆਨ ਦਿੰਦੀ ਹੈ ਕਿ ਅੱਜ ਰਾਤ ਨੂੰ 8:30 ਵਜੇ ਦੇਸ਼ ਨਾਲ ਸੰਬੋਧਨ ਹੋਵਾਂਗੀ ਜੋ ਵੀ ਪੰਜਾਬ ਵਿੱਚ ਚੱਲ ਰਿਹਾ ਹੈ ਇਸ ਮਸਲੇ ਦੇ ਹੱਲ ਲਈ ਅਮਨ ਸ਼ਾਂਤੀ ਲਈ ਕੁਝ ਨਾ ਕੁਝ ਜ਼ਰੂਰ ਕਰਾਂਗੇ ਉਡੀਕ ਰਹੀ ਸੀ ਸੰਗਤ 8:30 ਵਜੇ ਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੇ ਕੋਈ ਸੰਦੇਸ਼ ਦੇਣਾ ਹੈ ਇੱਕ ਪਾਸੇ ਉਹ ਪਖੰਡ ਕਰ ਰਹੀ ਹੈ ਸੰਦੇਸ਼ ਦੇਣ ਦਾ ਤੇ ਦੂਜੇ ਪਾਸੇ ਰਾਤੋਂ ਰਾਤ ਮੀਟਿੰਗਾਂ ਕਰਕੇ ਪੂਰੇ ਪੰਜਾਬ ਦੇ ਪਿੰਡ ਛੌਣੀਆਂ ਵਿੱਚ ਤਬਦੀਲ ਕਰ ਦਿੱਤੇ ਅੰਮ੍ਰਿਤਸਰ ਸ਼ਹਿਰ ਫੌਜ ਦੇ ਨਾਲ ਭਰਿਆ ਪਿਆ ਸੀ 9:30 ਹੋ ਗਏ ਪਰ ਕੋਈ ਵੀ ਸੰਦੇਸ਼ ਨਾ ਆਇਆ ਫਿਰ 9 ਵਜੇ ਤੋਂ ਬਾਅਦ ਸਵਾ 9 ਵਜੇ ਦਾ ਟਾਈਮ ਦੱਸਿਆ ਕਿ ਉਹ ਦੂਰਦਰਸ਼ਨ ਦੇ ਸਾਹਮਣੇ ਆਊਗੀ ਉਹ ਸਾਹਮਣੇ ਆਈ ਤੇ ਉਸ ਨੇ ਪਖੰਡ ਕੀਤਾ ਕਿ ਪੰਜਾਬ ਦੇ ਮੈਂ ਹਾਲਾਤ ਸੁਧਾਰਨਾ ਚਾਹੁੰਦੀ ਹਾਂ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਹੈ ਸਾਡਾ ਸਹਿਯੋਗ ਦਿਓ ਦੇਸ਼ ਵਿੱਚ ਕਿਤੇ ਵੀ ਖੂਨ ਨਹੀਂ ਡੁੱਲਣਾ ਚਾਹੀਦਾ ਸਗੋਂ ਸ਼ਾਂਤੀ ਹੋਣੀ ਚਾਹੀਦੀ ਹੈ ਭਾਈਚਾਰਕ ਸਾਂਝ ਬਣਾਓ ਇਹੋ ਜਿਹੀਆਂ ਪਖੰਡ ਭਰੀਆਂ ਗੱਲਾਂ ਕਰਕੇ ਲੋਕਾਂ ਨੂੰ ਪਰਮਾ ਰਹੀ ਸੀ ਇਸ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਰਾਜਨੀਤੀ ਕਿੰਨੀ ਗੰਦੀ ਹੁੰਦੀ ਹੈ ਇੱਕ ਪਾਸੇ ਪਖੰਡ ਕਰਦੀ ਹੈ ਅਮਨ ਸ਼ਾਂਤੀ ਦਾ ਤੇ ਦੂਜੇ ਪਾਸੇ ਮੀਟਿੰਗ ਕਰਕੇ ਪੰਜਾਬ ਨੂੰ ਉਜਾੜਨ ਦੀਆਂ ਪੂਰੀਆਂ ਤਿਆਰੀਆਂ ਕਰ ਚੁੱਕੀ ਸੀ ਇਸ ਦਿਨ ਜਿਹੜੇ 1 ਜੂਨ ਨੂੰ ਸ਼ਹੀਦ ਹੋਏ ਸਨ ਮਹਿੰਗਾ ਸਿੰਘ ਬੱਬਰ ਭਾਈ ਰਾਮ ਸਿੰਘ ਜੀ ਉਹਨਾਂ ਦੀਆਂ ਦੇਹਾਂ ਪਈਆਂ ਹੋਈਆਂ ਸਨ ਮਹਿੰਗਾ ਸਿੰਘ ਦਾ ਸੰਸਕਾਰ ਅੱਜ ਦੇ ਦਿਨ ਮੰਜੀ ਸਾਹਿਬ ਦੀਵਾਨ ਹਾਲ ਦੇ ਨਾਲ ਕੀਤਾ ਗਿਆ ਤੇ ਰਾਮ ਸਿੰਘ ਦਾ ਸੰਸਕਾਰ ਲੰਗਰ ਸਹਿਬ ਵਾਲੀ ਖੁੱਲੀ ਜਗ੍ਹਾ ਦੇ ਸਾਹਮਣੇ ਕੀਤਾ ਗਿਆ ਤੇ ਕੁਝ ਸਿੰਘਾਂ ਸ਼ਹੀਦਾਂ ਨੂੰ ਉਹਨਾਂ ਦੇ ਘਰ ਵਾਲੇ ਆਪਣੇ ਘਰੇ ਲੈ ਗਏ ਸੋ ਸਾਧ ਸੰਗਤ ਜੀ 2 ਜੂਨ ਵਾਲੇ ਦਿਨ ਗੋਲਾਬਾਰੀ ਤਾਂ ਨਹੀਂ ਚੱਲੀ ਪਰ ਜੋ ਜਨਾਵਾ ਮੀਟਿੰਗਾਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਸਨ ਸਿੱਖਾਂ ਨੂੰ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਹਰਮੰਦਰ ਸਾਹਿਬ ਨੂੰ ਟਹਿ ਟੇਰੀ ਕਰਨ ਦੀਆਂ ਗੰਦੀਆਂ ਨੀਤੀਆਂ ਤਿਆਰ ਕਰ ਰਹੇ ਸਨ ਇਹ 2 ਜੂਨ ਦਾ ਇਤਿਹਾਸ ਹੈ ਕੱਲ ਨੂੰ 3 ਜੂਨ ਦਾ ਇਤਿਹਾਸ ਤੁਹਾਨੂੰ ਸੁਣਾਇਆ ਜਾਵੇਗਾ ਇਤਿਹਾਸ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਕਰਨਾ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਆਪਣੀਆਂ ਸਿੱਖ ਸੰਗਤਾਂ ਅੱਜ ਦੇ ਦਿਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ